ਨਾਲ ਗੁਰੂ ਸੰਦਤ ਉਸ ਵੀਕ ਰੋਲ ਲਿਵਿੰਗ ਇੰਟਰਵਿਊ ਪੰਜਾਬ ਤੇ ਅੱਜ ਪੰਜਾਬ ਸਰਕਾਰ ਦੇ ਵੱਲੋਂ ਆਪਣਾ ਕਾਜਕਾਲ ਦਾ ਅਖਿਰਲਾ ਬਜਟ ਪੇਸ਼ ਕੀਤਾ ਗਿਆ 2021-2022 ਤੇ ਕਾਫੀ ਕੁਝ ਐਲਾਨੇ ਕੀਆ ਔਰ ਹਰ ਵਰਗ ਨੂੰ ਕਹਿ ਸਕਦੇ ਹਾਂ ਕਿ ਬਹੁਤ ਜ਼ਿਆਦਾ ਵੱਡੇ ਐਲਾਨ ਕੀਤੇ ਗਏ ਨੇ ਔਰ ਖੁਸ਼ ਕਰਨ ਦੀ ਜਾਂ ਫਿਰ ਕਹਿ ਲਈਏ ਕਿ ਥੋੜਾ ਜਿਹਾ ਰਿਆਇਤ ਦੇਣ ਦੀ ਕੋਸ਼ਿਸ਼ ਕੀਤੀ ਗਈ ਔਰ ਖਾਸ ਕਰ ਬਾਤ ਲਈ ਸਾਡੇ ਨਾਲ ਖੋਦ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਮੌਜੂਦ ਨੇ ਬਹੁਤ ਬਹੁਤ ਸਵਾਗਤ ਹੈ ਸਰ ਜੀ ਥੈਂਕ ਯੂ ਬੇਟਰ ਔਰ ਤੁਹਾਡੇ ਸਾਰੇ ਸੁਣਨ ਵਾਲਿਆਂ ਤੇ ਦੇਖਣ ਵਾਲਿਆਂ ਨੂੰ ਮੇਰੀ ਪਿਆਰ ਭਰੀ ਸਤਸ੍ਰੀ ਅਕਾਲ ਤੇ ਨਮਸਤੇ ਸੋ ਸਭ ਤੋਂ ਪਹਿਲਾਂ ਮੈਂ ਜਾਨਣਾ ਚਾਹੂੰਗੀ ਕਿ ਆਖਰਕਾਰ ਇਹ ਬਜਟ ਜਿਹੜਾ ਲਿਆਂਦਾ ਗਿਆ ਉਹ ਕੀ ਕੁਝ ਧਿਆਨ ਚ ਰੱਖ ਕੇ ਤੁਸੀਂ ਇਹ ਬਜਟ ਨੂੰ ਬਣਾਇਆ ਉਸ ਤੋਂ ਬਾਅਦ ਪੇਸ਼ ਕੀਤਾ ਬੇਟਾ ਇਹ ਜਿਹੜਾ ਬਜਟ ਹੁੰਦਾ ਹੈ ਇਹ ਦਰਅਸਲ 5 ਸਾਲ ਦਾ ਸਫਰ ਹੈ ਇਹ ਇਹ ਨਹੀਂ ਕਿ ਇਸ ਸਾਲ ਦਾ ਬਜਟ ਬਣ ਗਿਆ ਔਰ ਇਹ ਸਾਡੀਆਂ ਜੋ ਕਦਰਾਂ ਕੀਮਤਾਂ ਹੁੰਦੀਆਂ ਆ ਇਸ ਪੰਜਾਬ ਦੇ ਲੋਕਾਂ ਦੀਆਂ ਉਹ ਉਹਦੀ ਵੀ ਅਕਾਸੀ ਕਰਦਾ ਸੋ ਤੁਹਾਡੇ ਖਾਸ ਕਰਕੇ ਸੁਣਨ ਵਾਲੇ ਕਿਉਂਕਿ ਉਹਨਾਂ ਦੀ ਯਾਦਾਸ਼ਤ ਬੜੀ ਕਮਜ਼ੋਰ ਹੁੰਦੀ ਹੈ ਜਿਸ ਵੇਲੇ ਕੈਪਟਨ ਸਾਹਿਬ ਨੇ ਕਾਂਗਰਸ ਪਾਰਟੀ ਨੇ ਜ਼ਿੰਮੇਵਾਰੀ ਸੰਭਾਲੀ ਸੀ 2017 ਚ ਕਿਸ ਕਿਸਮ ਦੇ ਹਾਲਾਤ ਸੀਗੇ 31000 ਕਰੋੜ ਦਾ ਜਿਹੜਾ ਸੀਸੀਐਲ ਲਿਮਿਟ ਸੀ ਉਹ ਸਾਡੇ ਪੇਸ਼ ਪੈ ਗਈ ਇਸ ਤੋਂ ਇਲਾਵਾ 8000 ਕਰੋੜ ਦੀਆਂ ਦੇਣਦਾਰੀਆਂ ਜਿਹੜੀਆਂ ਕਿਉਂਕਿ ਰਿਜ਼ਰਵ ਬੈਂਕ ਨੇ ਟ੍ਰੈਜਰੀ ਬੰਦ ਕਰਤੀ ਇਹ ਇਹਨਾਂ ਨੇ ਕੰਮ ਤਾਂ ਕਰਵਾ ਲਏ ਸਾਰੇ ਪਰ ਉਹਦੀ ਉਹਦੀ ਕੋਈ ਫਾਈਨੈਂਸ਼ੀਅਲ ਪਲੈਨਿੰਗ ਨਹੀਂ ਕਰਕੇ ਗਏ ਔਰ ਜਿਹੜੀ ਸਰਕਾਰ ਨੂੰ 38000 ਕਰੋੜ ਰੁਪਇਆ ਔਰ 38000 ਮੂੰਹ ਨਾਲ ਹੀ ਕਹਿ ਦੇਣਾ ਇਹ 38000 ਕਰੋੜ ਦਾ ਮਤਲਬ ਹੈ ਕਿ 6 ਬਿਲੀਅਨ ਯੂ ਐਸ ਡਾਲਰ ਇੱਕ ਦਿਨ ਦੇ ਵਿੱਚ ਛੋਟੇ ਜਿਹੇ ਸੂਬੇ ਪੰਜਾਬ 2.5 ਕਰੋੜ ਦੇ ਲੋਕਾਂ ਨੂੰ ਪਹਜੇ ਇਹ ਬੜੀ ਵੱਡੀ ਗੱਲ ਹੈ ਔਰ ਇਸ ਕਿਸ਼ਤੀ ਨੂੰ ਉਸ ਤੂਫਾਨ ਚੋਂ ਕੱਢ ਕੇ ਕਿਸੇ ਕਿਨਾਰਾ ਦੇਣਾ ਕੋਈ ਸਹਾਰਾ ਦੇਣਾ ਕੀ ਬਹੁਤ ਵੱਡੀ ਗੱਲ ਸੀ ਪਰ ਔਰ ਪਰਮਾਤਮਾ ਜਿਹੜਾ ਹੈ ਕਈ ਵਾਰੀ ਉਹ ਜਿਵੇਂ ਕਹਿੰਦੇ ਨੇ ਨਾ ਕਿ ਨੀਤਾਂ ਨੂੰ ਫਲ ਲੱਗ ਜਾਂਦੇ ਆ ਉਹਦੇ 'ਚ ਕੋਈ ਸਾਡੀ ਕਾਰਗੁਜ਼ਾਰੀ ਨਹੀਂ ਹੈ ਬਟ ਸਾਡੀ ਨੀਤ ਜਿਹੜੀ ਉਹਦੇ 'ਚ ਕੋਈ ਖੋਟ ਨਹੀਂ ਸੀ ਕਿ ਪੰਜਾਬ ਨੂੰ ਆਪਣੇ ਪੈਰਾਂ ਤੇ ਖੜਾ ਕਰਨਾ ਹੈ ਪੰਜਾਬ ਦੇ ਜਿਹੜੇ ਲੋਕ ਹੈ ਇੱਜ਼ਤ ਦੀ ਰੋਟੀ ਕਮਾ ਕੇ ਖਾ ਸਕਣ ਜਿਹੜੀਆਂ ਬਹਾਰਾਂ ਪੰਜਾਬ ਤੋਂ ਰੁਸ ਕੇ ਚਲੀਆਂ ਗਈਆਂ ਉਹ ਬਹਾਰਾਂ ਇੱਕ ਵਾਰੀ ਫੇਰ ਪੰਜਾਬ 'ਚ ਵਾਪਸ ਲੋਟ ਕੇ ਆਉਣ ਅਸੀਂ ਐਸ ਨੀਤ ਨਾਲ ਲੱਗੇ ਸੀ ਔਰ ਸ਼ਾਇਦ ਸਾਡੇ ਥੋੜੇ ਸੁਣਨ ਵਾਲੇ ਇਹ ਵੀ ਗੱਲ ਕਿਉਂਕਿ ਦਿਲਚਸਪੀ ਘੱਟ ਹੁੰਦੀ ਹੈ ਇਹਨਾਂ ਗੱਲਾਂ 'ਚ ਕਿ ਜਿਹੜੀ ਕੋਵਿਡ ਦੀ ਮਹਾਮਾਰੀ ਆਈ ਹੈ ਕਿ insani tawariq ਦੇ ਵਿੱਚ ਕੋਈ ਮਿਸਾਲ ਨਹੀਂ ਮਿਲਦੀ ਕਿ ਐਡੀ ਵੱਡੀ ਤਬਾਈ ਔਰ ਸਾਰੀ ਦੁਨੀਆ ਤੇ ਔਰ ਜਿਹੜੇ ਆਪਣੇ ਆਪ ਨੂੰ ਖੱਬੀ ਖਾਨ ਮੁਲਕ ਸਮਝਦੇ ਸੀ ਜਿਦੇ 'ਚ ਅਮਰੀਕਾ ਕੈਨੇਡਾ ਫਰਾਂਸ ਇਟਲੀ ਯੂਕੇ ਇਹ ਸਾਰੇ ਮੁਲਕ ਹੀ ਲੜਖੜਾ ਗਏ ਤੋ ਇਹ ਕਹਿਣਾ ਕਿ ਪੰਜਾਬ ਨੂੰ ਔਰ ਕਿਉਂਕਿ ਕਈ ਵਾਰੀ ਦਾਇਰਾ ਵੀ ਲਿਮਟਿਡ ਹੁੰਦਾ ਉਹ ਸਾਰੇ ਕਹਿੰਦੇ ਸਾਡੇ ਉਸ ਕੰਮ ਦਾ ਇਟ ਇਜ਼ ਇੱਕ ਦੁਨੀਆ ਸੀ ਕੋਵਿਡ ਤੋਂ ਪਹਿਲਾਂ ਇੱਕ ਦੁਨੀਆ ਹੈ ਜਿਹੜੀ ਕੋਵਿਡ ਤੋਂ ਬਾਅਦ ਆਈ ਹੈ ਮਤਲਬ ਇਹਦਾ ਫਰਕ ਕਹਿ ਸਕਦੇ ਆ ਬਹੁਤ ਵੱਡਾ ਫਰਕ ਹੈ ਬਟ باوجود ਇਸਤੇ ਔਰ ਇਹ ਮੈਨੂੰ ਸਮਝਦਾ ਇੱਕ ਕੁਦਰਤ ਹੀ ਹੈ ਔਰ ਕੁਦਰਤ ਨੇ ਪੰਜਾਬ ਦੀ ਇੱਕ ਖਾਸ ਤਕਦੀਰ ਲਿਖੀ ਹੈ ਪੰਜਾਬ ਇੱਕ ਮਨਵਰ ਤਕਦੀਰ ਲਿਖਾ ਕੇ ਲਿਆਇਆ ਹੈ ਕੁਦਰਤ ਜਿਹੜੀ ਹੈ ਇਹ ਪੰਜਾਬ ਦੇ ਸਾਰੇ ਕੰਡੇ ਚੁਗ ਲੈਂਦੀ ਹੈ। ਔਰ ਇਹੀ ਵਜ੍ਹਾ ਹੈ ਕਿ ਅੱਜ ਅਸੀਂ ਐਸ ਹਸਿਆਤ ਜਾਂ ਐਸ ਔਕਾਤ ਦੇ ਵਿੱਚ ਆ ਗਏ ਹੈ ਕਿ ਅਸੀਂ ਜਿੰਨੇ ਵੀ ਸੋਸ਼ਲ ਸੈਕਟਰ ਸੀਗੇ ਜਿੰਨੇ ਵੀ ਸਾਡੀਆਂ ਵੈਲਫੇਅਰ ਸਕੀਮ ਸੀਗੀਆਂ ਔਰ ਜਿਹਦੇ ਨਾਲ ਪੰਜਾਬ ਦੀ ਇਕਨੋਮੀ ਜਿਹੜੀ ਹੈ ਪੰਜਾਬ ਦਾ ਅਰਥਚਾਰਾ ਜਿਹਨੂੰ ਜੀਐਸਟੀਪੀ ਵੀ ਕਹਿ ਦਿੰਦੇ ਆ ਉਹਦਾ ਪਹੀਆ ਤੇਜ਼ੀ ਨਾਲ ਚੱਲ ਸਕੇ ਅਸੀਂ ਐਜੂਕੇਸ਼ਨ ਹੈਲਥ ਵੈਲਫੇਅਰ ਸਕੀਮਸ ਉਸ ਐਗਰੀਕਲਚਰ ਉਹਦੇ ਵਾਸਤੇ ਰਕਮਾਂ ਜਿਹੜੀਆਂ ਵੱਡੀਆਂ ਲੈ ਕੇ ਆਏ ਆ ਕੋਈ 14000 ਕਰੋੜ ਦਾ ਜਿਹਨੂੰ ਕੈਪੀਟਲ ਐਕਸਪੈਂਡਿਚਰ ਕਹਿੰਦੇ ਆ ਕੈਪੀਟਲ ਦਾ ਮਤਲਬ ਜਿਹੜੀਆਂ ਚੀਜ਼ਾਂ ਨਾਲ ਕੋਈ ਸੜਕਾਂ ਪੋਲ ਸਕੂਲ ਹਸਪਤਾਲ ਨਹਿਰਾਂ ਬਣਨਗੀਆਂ ਇਸ ਤੋਂ ਇਲਾਵਾ ਜਿਹੜੇ ਸਾਡੇ EMPLOYEES ਐ ਉਹਨਾਂ ਦੇ ਪੇ ਕਮਿਸ਼ਨ ਦਾ ਜਿਹੜਾ ਮਸਲਾ ਕਾਫੀ ਲੰਬੇ ਸਮੇਂ ਤੋਂ ਲਮਕਦਾ ਆ ਰਿਹਾ ਹੈ ਉਹਦੇ ਵਾਸਤੇ 9000 ਕਰੋੜ ਅੱਡ ਰੱਖਿਆ ਹੈ ਸਾਡਾ ਜਿਹੜਾ ਅੰਦਰੂਨ ਸ਼ਹਿਰ ਹੈ ਪੰਜਾਬ ਦੇ ਜਿੰਨਾ ਤੇ ਵਿੱਚ ਹਾਲਤ ਜਿਹੜੀ ਹੈ ਕਾਫੀ ਗੰਭੀਰ ਹੋ ਚੁੱਕੀ ਹੈ ਉਹਨਾਂ ਦੀ ਡਿਵੈਲਪਮੈਂਟ ਔਰ ਬੇਸਿਕਲੀ ਪੰਜਾਬ ਨੂੰ ਜਿਹੜੀ ਮਾਇੂਸੀ ਸੀਗੀ ਇਸ ਮਾਇੂਸੀ ਚੋਂ ਕਿਵੇਂ ਕੱਢ ਸਕੀਏ ਇਸ ਨੂੰ ਨਜ਼ਰ ਰੱਖਦੇ ਹੋਏ ਇਹ ਜਿਹੜਾ 5 ਸਾਲ ਦਾ ਸਫਰ ਜਿਹੜਾ ਸ਼ੁਰੂ ਕੀਤਾ ਸੀ ਸੋ ਮੈਨੂੰ ਇਸ ਗੱਲ ਦਾ ਮਤਲਬ ਇੱਕ ਕਿਸਮ ਦੀ ਸੰਤੁਸ਼ਟੀ ਹੈ ਵੈਸੇ ਤਾਂ ਸੰਤੁਸ਼ਟੀ ਹੋਣੀ ਨਹੀਂ ਚਾਹੀਦੀ ਔਰ ਕਿਸੇ ਵੀ ਹਾਲ 'ਚ ਸੰਤੁਸ਼ਟ ਹੋ ਕੇ ਬੈਠ ਜਾਣਾ ਇਹ ਜ਼ਿੰਦਾ ਕੌਮਾਂ ਦੀ ਆਦਤ ਨਹੀਂ ਹੁੰਦੀ ਯੂ نو ਬਿਹਤਰ ਤੋਂ ਬਿਹਤਰ ਅੱਜ ਵੀ ਬਹੁਤ ਸਾਰੇ ਤਰੱਕੀ ਦੇ ਮੁਕਾਮ ਐਸੇ ਹੈ ਜਿਹੜੇ ਪੰਜਾਬ ਦੇ ਕਦਮਾਂ ਦੇ منتظر ਹੈ ਪਰ ਬਾਹਰ ਹਲ ਮੈਂ ਪੰਜਾਬ ਦੇ ਲੋਕਾਂ ਨੂੰ ਜਵਾਬ ਦੇ ਆਂ ਔਰ ਪੰਜਾਬ ਦੇ ਲੋਕਾਂ ਤੋਂ ਇਲਾਵਾ ਮੈਨੂੰ ਲੱਗਦਾ ਹੈ ਕਿਸੇ ਦਿਨ ਪਰਮਾਤਮਾ ਦੀ ਕਚਹਿਰੀ 'ਚ ਵੀ ਹਾਜ਼ਰ ਹੋਣਾ ਪੈਣਾ ਔਰ ਜਿਸ ਦਿਨ ਮੈਂ ਪਰਮਾਤਮਾ ਦੀ ਕਚਹਿਰੀ 'ਚ ਜਾਊਂਗਾ ਇੱਕ ਗੱਲ ਤਾਂ ਮੈਂ ਕਹਿ ਸਕਦਾ ਕਿ ਰੱਬਾ ਜਿੰਨੀ ਤੁਸੀਂ ਮੈਨੂੰ ਅਕਲ ਦਿੱਤੀ ਸੀ ਔਰ ਜਿੰਨੀ ਮੈਨੂੰ ਹیثیت ਤੇ ਔਕਾਤ ਦਿੱਤੀ ਸੀ ਮੈਂ ਉਸ ਮੁਤਾਬਕ ਮੈਂ ਕੋਸ਼ਿਸ਼ ਬੜੀ ਕੀਤੀ ਸੋ ਇਸ ਕੋਸ਼ਿਸ਼ ਜਿਹੜੀ ਹੈ ਇਸ ਤੇ ਮੈਂ ਸੁਰਖਰੂ ਹਾਂ ਸੋ ਅਗਰ ਗੱਲ ਕੀਤੀ ਜਾਵੇ ਤਾਂ ਬਹੁਤ ਵਾਰ ਅਸੀਂ ਸੁਣਿਆ ਤੁਹਾਡੀ ਜ਼ੁਬਾਨੀ ਕਿ ਅਸੀਂ ਬਹੁਤ ਘਾਟੇ 'ਚ ਚੱਲ ਰਹੇ ਹਾਂ ਜਿਹੜਾ ਸਾਡਾ ਬਜਟ ਹੈਗਾ ਉਹ ਹਮੇਸ਼ਾ ਤੋਂ ਜਿਹੜਾ ਕਈ ਵਾਰ ਕਿਉਂਕਿ ਮੁਲਾਜ਼ਮ ਬਹੁਤ ਸਾਰੇ ਹਰ ਕੋਈ ਪ੍ਰੋਸੈਸ ਕਰਦਾ ਪਰ ਇਸ ਵਾਰ ਜੋ ਇੱਕ ਵੱਡੀ ਕਾਮਯਾਬੀ ਤੁਸੀਂ ਬਾਰ-ਬਾਰ ਜਿਹੜਾ ਦੱਸ ਰਹੇ ਹੋ ਔਰ ਕਾਫੀ ਚੰਗੇ ਲਫ਼ਜ਼ ਜਿਹੜੇ ਨੇ ਉਹ ਇਸਤੇਮਾਲ ਕੀਤੇ ਜਾ ਰਹੇ ਨੇ ਔਰ ਵਾਕਈ ਹੀ ਲੋਕ ਅੱਜ ਖੁਸ਼ਹਾਲੀ ਵਿੱਚ ਕੋਈ ਦੋ ਰਾਈ ਨਹੀਂ ਹੈ ਮੈਂ ਜਾਨਣਾ ਚਾਹਾਂਗੀ ਕਿ ਕਿਸ ਤਰ੍ਹਾਂ ਦੇ ਨਾਲ ਖਾਲਾ ਕਿ ਕੋਵਿਡ ਵੀ ਆਇਆ ਕਿ ਕਿਵੇਂ ਇੰਨਾ ਵੱਡਾ ਔਰ ਔਖਾ ਪੈਂਡਾ ਜਿਹੜਾ ਉਹ ਸਰਕਾਰ ਨੇ ਤੈਅ ਕੀਤਾ ਹੈ ਪੈਸਿਆਂ ਨੂੰ ਲੱਗੇ ਕਿਉਂਕਿ ਬਜਟ ਦਾ ਮਾਮਲਾ ਹ ਬੇਟਾ ਇੱਕ ਤਾਂ ਤੁਹਾਡੇ ਸ਼ਾਇਦ ਸੁਣਨ ਵਾਲਿਆਂ ਨੂੰ ਇਹ ਵੀ ਨਹੀਂ ਪਤਾ ਹੋਏਗਾ ਕਿ ਜਿਹੜੀ 15ਵੀਂ ਵਿੱਤ ਕਮਿਸ਼ਨ ਸੀ ਉਹਨਾਂ ਦੀਆਂ ਜਿਹੜੀਆਂ ਸਿਫਾਰਸ਼ਾਂ ਸੀ ਪੰਜਾਬ ਉਹ ਸਿਫਾਰਸ਼ਾਂ ਇਸ ਵਜ੍ਹਾ ਵਿੱਤ ਕਮਿਸ਼ਨ ਤਾਂ ਬੜੀਆਂ ਆਈਆਂ ਪਰ ਉਹਨਾਂ ਨੇ ਪੰਜਾਬ ਵੱਲ ਜਿਹੜਾ ਰਵਈਆ اختیار ਕੀਤਾ ਉਹ ਇੰਨਾ ਚੰਗਾ ਨਹੀਂ ਸੀ ਹੋ ਸਕਦਾ ਮਤਲਬ ਪਤਾ ਨਹੀਂ ਇਹਨੂੰ ਰੱਬਾ ਇਸ ਗੱਲ ਨੂੰ ਘਰੂਰ ਨਾ ਸਮਝੀ ਕਿ ਅਸੀਂ ਪੰਜਾਬ ਦਾ ਮੁਕਦਮਾ ਜਿਸ ਤਰ੍ਹਾਂ ਪੇਸ਼ ਕੀਤਾ ਪਰ ਵਿੱਤ ਕਮਿਸ਼ਨ ਨੇ ਜਿਹੜੀ ਪੰਜਾਬ ਦੀ ਓਵਰਆਲ ਟੈਕਸਾਂ ਦੀ ਜਿਹੜੀ ਡੈਵਲੂਸ਼ਨ ਆਉਂਦੀ ਹੈ ਜੋ ਹਿੰਦੁਸਤਾਨ ਚ ਟੈਕਸ ਇਕੱਠੇ ਹੁੰਦੇ ਹੈ ਇਨਕਮ ਟੈਕਸ ਐਕਸਾਈਜ਼ ਕਸਟਮ ਉਹਦੇ ਸਟੇਟਾਂ ਦਾ 42% ਹਿੱਸਾ ਹੁੰਦਾ ਉਹਦੇ ਚ 0.23% ਸਾਡਾ ਉਹਨਾਂ ਨੇ ਟੈਕਸਾਂ ਦਾ ਉਹ ਵਧਾਤਾ ਸ਼ਰਧ ਉਹਦੇ ਨਾਲ ਸਾਨੂੰ ਕਾਫੀ ਸੈਂਟਰਲ ਟੈਕਸਿਸ ਜੋ ਸ਼ੇਅਰ ਸਾਡਾ ਵੱਧ ਜਾਏਗਾ ਉਹਨਾਂ ਨੇ ਸਾਨੂੰ ਇਸ ਸਾਲ ਵਾਸਤੇ 10000 ਕਰੋੜ ਦੀ ਇੱਕ ਰੇਵਿਨਿਊ ਡੈਫਿਸਿਟ ਗ੍ਰਾਂਟ ਵੀ ਦੇ ਦਿੱਤੀ ਸੋ ਉਹ ਮਿਲ ਗਈ ਸਾਨੂੰ ਜੀਐਸਟੀ ਦੀ ਕੰਪਨਸੇਸ਼ਨ ਵੀ ਮਿਲ ਰਹੀ ਹੈ ਇਹ ਸਾਰੀਆਂ ਚੀਜ਼ਾਂ ਮਿਲਾ ਕੇ ਔਰ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਆ টিਆਰਆਰ ਟੋਟਲ ਰੇਵਿਨਿਊ ਰਸੀਪਟਸ ਜੋ 2016 ਤੋਂ 2000 ਆ ਮੀਨ 22 ਦੀ ਜਿਹੜੀ 21 22 ਦੀ ਆ ਸਾਡੀਆਂ ਡਬਲ ਹੋ ਗਈਆਂ ਸਾਡੀ ਐਕਸਾਈਜ਼ ਕਲੈਕਸ਼ਨ ਸਾਡੀ ਸਟੈਂਪ ਡਿਊਟੀ ਕਲੈਕਸ਼ਨ ਹਰ ਇੱਕ ਚੀਜ਼ ਚ ਕੋਈ 50% ਕੋਈ 40% ਨਾਨ ਟੈਕਸ ਰੈਵਨਿਊ 32% ਸਾਰੀਆਂ ਚੀਜ਼ਾਂ ਚ ਟੈਕਸ ਜਦੋਂ ਮਤਲਬ ਮੈਂ ਅਰਜ਼ ਕਰ ਰਿਹਾ ਕਿ ਜੇ ਟੈਕਸ ਹੀ ਦੁੱਗਣੇ ਹੋ ਗਏ ਤਾਂ ਫਿਰ ਸਾਡੇ ਕੋਲੇ ਪੈਸਾ ਜਿਹੜਾ ਖਰਚਣ ਨੂੰ ਵੀ ਫਿਰ ਉਹ ਲਿਆਜ਼ ਨਾਲ ਜ਼ਿਆਦਾ ਹੋ ਜਾਏਗਾ ਜੀ ਤੁਹਾਡੇ ਅਨੁਸਾਰ ਕਿ ਅਸੀਂ ਓਵਰਡਰਾਫਟ ਵੀ ਇਸ 365 ਦਿਨ ਦੇ ਵਿੱਚ ਇੱਕ ਦਿਨ ਵੀ ਨਹੀਂ ਦਿੱਤਾ ਉਹ ਬਹੁਤ ਜੀ ਇੱਕ ਦਿਨ ਔਰ ਔਰ ਤੁਹਾਡੇ ਸੁਣਨ ਵਾਲਿਆਂ ਨੂੰ ਔਰ ਪਤਾ ਨਹੀਂ ਅਪਰੀਸ਼ੀਏਟ ਕਰਨਗੇ ਕਿ ਅਸੀਂ ਇੱਕ ਇਨਵੈਸਟਮੈਂਟ ਕਰਨੀ ਸ਼ੁਰੂ ਕਰਤੀ ਹੈ ਇੱਕ ਕਨਸੋਲੀਡੇਟਿਡ ਸਿੰਕਿੰਗ ਫੰਡ ਪਰ ਸਿੰਕਿੰਗ ਫੰਡ ਦਾ ਮਤਲਬ ਹੈ ਵੀ ਹਰ ਕੁਆਟਰ ਦੇ ਵਿੱਚ ਮੈਂ 50 ਕਰੋੜ 70 ਕਰੋੜ 100 ਕਰੋੜ ਔਰ ਫਰਵਰੀ ਦੇ ਵਿੱਚ ਸਾਡਾ ਜਿਹੜਾ ਸਿੰਕਿੰਗ ਫੰਡ ਹੈ ਅਸੀਂ ਆਰਬੀਆਈ ਤੋਂ ਨਹੀਂ ਪੈਸੇ ਲੈ ਰਹੇ ਸਾਡੇ 1100 ਕਰੋੜ ਰੁਪਏ ਜਮ੍ਹਾਂ ਪਏ ਹੈ ਔਰ ਜੇ ਕਿਤੇ ਇਸੇ ਤਰਜ਼ ਤੇ ਪੰਜਾਬ ਚੱਲਦਾ ਰਿਹਾ ਉਹਰ 5 ਸਾਲ ਦੀ ਇਨਵੈਸਟਮੈਂਟ ਹੁੰਦੀ ਹੈ ਇਹ 5000 ਕਰੋੜ ਜਾਂ 10000 ਕਰੋੜ ਬਣ ਜਾਏਗਾ ਇਹ 10000 ਕਰੋੜ ਜਾਂ 5 ਜਿੰਨਾ ਵੀ ਹੋਏਗਾ ਔਰ ਪਤਾ ਨਹੀਂ ਅਗਲਾ ਫਾਈਨੈਂਸ ਮਿਨਿਸਟਰ ਇਹਨੂੰ ਕੈਰੀ ਕਰੇਗਾ ਕਿ ਨਹੀਂ ਅਸੀਂ ਜਿਹੜੀ ਸਾਡੀ ਹਾਈ ਕਾਸਟ ਡੈਟ ਹੈ ਜਿਹੜੀ ਜਿਹੜੇ ਕਰਜ਼ਿਆਂ ਤੇ ਸਾਨੂੰ ਵਿਆਜ ਬਹੁਤ ਆਉਂਦਾ ਉਹ ਸਾਨੂੰ ਦਾ 50 ਕਰੋੜ 20 ਕਰੋੜ ਅੱਜ ਦਾ ਫਰਕ ਨਹੀਂ ਪਤਾ ਚੱਲ ਰਿਹਾ ਪਰ ਜਦੋਂ ਇਹ ਵੱਡਾ ਹੋ ਜਾਏਗਾ ਇਹ ਅਸੀਂ ਇਹਨੂੰ ਯਕਪੁਛਤ ਰਿਟਾਇਰ ਕਰਦਾ ਜਿਹੜਾ ਸਾਡਾ ਕਰਜ਼ਾ ਹੈ ਉਹ ਉਹ ਰਿਟਾਇਰ ਸੋ ਜ਼ਿਆਦਾ ਸਮਾਂ ਆ ਲੈਂਦੇ ਹੋਏ ਇੱਕ ਅਖੀਰਲਾ ਸਵਾਲ ਪੁੱਛਾਂਗੀ ਕਿਉਂਕਿ ਜਦੋਂ ਹੀ ਬਜਟ ਪੇਸ਼ ਕੀਤਾ ਜਾਂ ਸੈਸ਼ਨ ਦੇ ਸ਼ੁਰੂਆਤ ਦੀ ਗੱਲ ਕੀਤੀ ਜਾਵੇ ਤਾਂ ਆਪੋਜੀਸ਼ਨ ਲਗਾਤਾਰ ਸਵਾਲ ਕਰ ਰਿਹਾ ਆ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਸ਼ੋਭਨੀ ਕਾਲੀ ਦਲ ਨੂੰ ਤਾਂ ਸਸਪੈਂਸ਼ਨ ਹੀ ਕਰ ਦਿੱਤੀ ਗਈ ਕਿਉਂਕਿ ਲਗਾਤਾਰ ਸਵਾਲ ਪੁੱਛ ਰਹੇ ਨੇ ਅੱਜ ਵੀ ਉਹਨਾਂ ਨੇ ਕਿਹਾ ਕਿ ਜੋ ਬਜਟ ਪੇਸ਼ ਕਰ ਦਿੱਤਾ ਪਰ ਕਿਤੇ ਇੱਕ ਗਰਾਊਂਡ ਤੇ ਜਦੋਂ ਆਏਗਾ ਉਦੋਂ ਵੇਖਾਂਗੇ ਕਿਉਂਕਿ ਲੋਕਾਂ ਨਾਲ ਲਗਾਤਾਰ ਤੋਖਾ ਹੋ ਰਿਹਾ ਇਸ ਤੋਂ ਇਲਾਵਾ ਇੱਕ ਹੋਰ ਸਵਾਲ ਹੈ ਡੋਨ ਵਿੱਚ ਕਿ ਪੰਜਾਬ ਦੀ ਜਨਤਾ ਦੇ ਲਈ ਹਾਲਾਂਕਿ ਕਾਰਜਕਾਲ ਦਾ ਤੁਹਾਡਾ ਅਖੀਰਲਾ ਬਜਟ ਹੈ ਪਰ ਤੁਹਾਨੂੰ ਲੱਗਦਾ ਹੈ ਉਸ ਦੇ ਵਿੱਚ ਵੀ ਕਾਂਗਰਸ ਹੀ ਯਾਨੀ ਕਿ ਤੁਹਾਡੀ ਸਰਕਾਰੀ ਜਿਹੜਾ ਬਜਟ ਪੇਸ਼ ਕਰੇਗੀ ਬੇਟਾ ਜੇ ਪਰਮਾਤਮਾ ਨੂੰ ਇਨਸਾਨ ਦੇ ਵਿੱਚ ਇੱਕ ਚੀਜ਼ ਤੋਂ ਨਫ਼ਰਤ ਹੈ ਜਾਂ ਪਰਮਾਤਮਾ ਨਾ ਪਸੰਦ ਕਰਦਾ ਹੈ ਤਾਂ ਉਹ ਕਰਦਾ ਹੈ ਹੰਕਾਰ ਗਰੂਰ ਤਕਬਰ ਪਰਮਾਤਮਾ ਨੂੰ ਇਹ ਪਸੰਦ ਨਹੀਂ ਸੋ ਮੈਂ ਕਹਾਂ ਕਿ ਇਹ ਸਰਕਾਰ ਸਾਡੀ ਆਏਗੀ ਮੈਂ ਤਾਂ ਇਹ ਗੱਲ ਨਹੀਂ ਕਵਾਂਗਾ ਕਿਉਂਕਿ ਮੈਂ ਪਰਮਾਤਮਾ ਨੂੰ ਰਾਜ਼ੀ ਰੱਖਣਾ ਹੈ ਜਿੱਥੋਂ ਤੱਕ ਤੁਸੀਂ ਕਿਹਾ ਕਿ ਲੋਕ ਰਾਜ ਦੇ ਦਰਅਸਲ ਤਕਾਜ਼ੇ ਹੁੰਦੇ ਰੁਕ ਲੋਕ ਰਾਜ ਦਾ ਕੀ ਤਕਾਜ਼ਾ ਹੈ ਕਿ ਲੋਕ ਕੀ ਸਮਝਦੇ ਆਪੋਜੀਸ਼ਨ ਪਾਰਟੀਆਂ ਨਹੀਂ ਚਲੋ ਇਹਨਾਂ ਦਾ ਤਾਂ ਫਰਜ਼ ਹੈ ਜਾਂ ਧਰਮ ਹੈ ਇਹਨਾਂ ਦੀ تنਕੀਦ ਜਾਂ ਨੁਕਤਾਚੀਨੀ ਕਰਨੀ ਹੈ ਹਾਲ ਦੇ ਵਿੱਚ ਮਿਊਨਿਸਪਲ ਇਲੈਕਸ਼ਨਸ ਹੋਏ ਲੋਕ ਸਭਾ ਦੇ ਇਲੈਕਸ਼ਨਸ ਹੋਏ ਯੂ نو ਰੂਰਲ ਬਾਡੀਜ਼ ਦੇ ਇਲੈਕਸ਼ਨ ਹੋਏ ਲੋਕ ਕਿ ਜੇ ਵੀ ਕਾਂਗਰਸ ਪਾਰਟੀ ਤੇ ਇਤਬਾਰ ਕਰਦੇ ਆ ਦੂਸਰਾ ਜਿੱਥੋਂ ਤੱਕ ਹੈ ਕਿ ਇਹ ਝੂਠ ਹੈ ਇਹ ਹੈ ਉਹ ਹੈ ਕਿਉਂਕਿ ਇਹ ਤਾਂ ਜਿਹੜੇ ਪੰਜਾਬ ਦੇ ਆਫਟਰ ਆਲੇ ਪਬਲਿਕ ਬਣੀ ਹੈ ਔਰ ਪਬਲਿਕ ਮਨੀ ਦਾ ਆਡੀਟਰ ਜਨਰਲ ਤੇ ਬੜਾ ਵੱਡਾ ਮਹਿਕਮਾ ਇਹਦੇ ਚ ਲੱਗਿਆ ਅਜਾ ਸਾਡੀ ਸਾਡੀਆਂ ਰਿਸੋਰਸਸ ਕਿੰਨੀਆਂ ਆ ਸਾਡੇ ਖਰਚੇ ਕਿਵੇਂ ਆ ਔਰ ਹਰ ਕੁਆਟਰਲੀ ਆਡਿਟ ਚੱਲ ਰਿਹਾ ਇਹ ਪਬਲਿਕ ਡਾਕੂਮੈਂਟ ਹੈ ਪਬਲਿਕ ਦੇਖ ਸਕਦੀ ਹੈ ਕਿ ਇਹ ਇਹ ਪੈਸੇ ਜੋ ਪਲਾਨ ਬਣ ਗਿਆ ਉਹ ਪਲਾਨ ਤਾਂ ਪਰਵਾਨ ਚੜੂਗਾ 14000 ਕਰੋੜ ਵਾਲਾ ਇਹਦੇ ਚ ਤਾਂ ਕੋਈ ਦੋਰ ਨਹੀਂ ਹੈ ਪਰ ਇਹਦੇ ਨਾਲ ਆਪੋਜੀਸ਼ਨ ਖੁਸ਼ ਹੁੰਦੀ ਹੈ ਕਿ ਨਹੀਂ ਯੂ نو ਇਹ ਤਾਂ ਹੁਣ ਮੈਂ ਮੈਂ ਕਹਿ ਨਹੀਂ ਸਕਦਾ ਪਰ ਜਿੱਥੋਂ ਤੱਕ ਔਰ ਇਹ 14000 ਕਰੋੜ ਦਾ ਕੈਪੀਟਲ ਐਕਸਪੈਂਡੀਚਰ ਮੈਨੂੰ ਲੱਗਦਾ ਹੈ ਪਿਛਲੇ 10 ਸਾਲਾਂ ਚ ਪੰਜਾਬ ਚ ਨਹੀਂ ਹੋਇਆ ਸੋ ਇੱਕ ਸਵਾਲ ਹੋਰ ਪ੍ਰਸ਼ਨ ਚਾਹਾਂਗੀ ਕਿ ਬਿਜਲੀ ਨੂੰ ਲੈ ਕੇ ਕਿਉਂਕਿ ਕਾਰੋਬਾਰੀਆਂ ਨੂੰ ਕਾਫੀ ਉਮੀਦ ਸੀਗੀ ਇਹ ਵੀ ਜਿਹੜੀ ਆ ਉਹ ਜਾਣਕਾਰੀ ਆ ਰਹੀ ਸੀ ਕਿ ਵਾਈਟ ਪੇਪਰ ਸਰਕਾਰ ਲੈ ਆ ਸਕਦੀ ਹੈ ਸੋ ਬਿਜਲੀ ਨੂੰ ਲੈ ਕੇ ਕੀ ਪਲੈਨਿੰਗਸ ਹੈਗੀਆਂ ਬੇਟਾ ਤੁਸੀਂ ਇੱਕ ਤੁਸੀਂ ਜਰਨਲਿਸਟ ਹੋ ਤੁਸੀਂ ਇੱਕ ਰਿਸਰਚ ਕਰੋ ਕਿ ਹਿੰਦੁਸਤਾਨ ਦੇ ਜਿਹੜੇ ਦੂਜੇ ਸੂਬੇ ਆ ਉਹ ਕਿੰਨੀ ਸਬਸਿਡੀ ਦੇ ਰਿਹਾ ਹੈ ਪੰਜਾਬ ਅੱਜ 14000 ਕਰੋੜ ਦੇ ਰਿਹਾ ਜਿਹਦੇ ਚ ਸਾਡੀ ਖੇਤੀਬਾੜੀ ਵਾਲੀ ਬਿਜਲੀ ਹੈ ਜਿਹਦੇ ਚ ਇੰਡਸਟਰੀ ਨੂੰ ਕੋਈ 15 ਤੇ 1800 ਕਰੋੜ ਜਾਂਦੀ ਹੈ ਐਸਸੀ ਬੀਸੀ ਨੂੰ ਜਾਂਦੀ ਹੈ ਟੋਟਲ ਸਾਡੀ ਸਬਸਿਡੀ ਬਿਲ 13-14000 ਕਰੋੜ ਦਾ ਵੱਡੇ ਵੱਡੇ ਸੂਬੇ ਆ ਭਾਵੇਂ ਰਾਜਸਥਾਨ ਲੈ ਲਓ ਮਹਾਰਾਸ਼ਟਰ ਲੈ ਲਓ ਕਰਨਾ ਤੁਸੀਂ ਐਜ਼ ਅ ਜਰਨਲਿਸਟ ਤੁਸੀਂ ਇਹ ਪਤਾ ਕਰੋ ਉਹ ਕਿੰਨੀ ਸਬਸਿਡੀ ਦਿੰਦੇ ਇੱਕ 2.5 ਕਰੋੜ ਦਾ ਸੂਬਾ ਜੇ 14000 ਕਰੋੜ ਸਬਸਿਡੀ ਦੇ ਰਿਹਾ ਹੈ ਔਰ ਲੋਕ ਜਿਹੜੇ ਆ ਲੋਕ ਸੱਚੇ ਆ ਲੋਕ ਕਿ ਬਿਜਲੀ ਮਹਿੰਗੀ ਹੈ ਔਰ ਉਹ ਮੈਥੋਡੇ ਸੁਣਨ ਵਾਲਿਆਂ ਨੂੰ ਦੱਸਣਾ ਚਾਹੁੰਦੇ ਆ ਉਹਦੀ ਵਜ੍ਹਾ ਹੈ ਕਿ ਸਾਡੀ ਬਿਜਲੀ ਜਿਹੜੀ ਆ ਕੋਲੇ ਤੋਂ ਬਣਦੀ ਹੈ ਕੋਲਾ ਕੋਲੇ ਦੀਆਂ ਖਾਣਾ ਜਿਹੜੀਆਂ ਉਹ ਬਿਹਾਰ ਤੇ ਓਡੀਸਾ ਤੇ ਚਾਰਖੰਡ ਚ ਕੋਲਾ ਇੰਨਾ ਮਹਿੰਗਾ ਨਹੀਂ ਜਿੰਨਾ ਕੋਲੇ ਦਾ ਪਹਾੜਾ ਪੈ ਜਾਂਦਾ ਇੱਥੇ ਜਿਹੜਾ ਫਰੇਟ ਪੈਂਦਾ ਇਸ ਕਰਕੇ ਸਾਨੂੰ ਮੀਡੀਅਮ ਟਰਮ ਕੋਲੇ ਵਾਲੀ ਬਿਜਲੀ ਤੋਂ ਨਿਕਲਣਾ ਪੈਣਾ ਮੈਂ ਯੂਨੀਅਨ ਐਫਐਮ ਨੂੰ ਪ੍ਰੀ ਬਜਟ ਕੰਸਲਟੇਸ਼ਨ ਚ ਵੀ ਇਹ ਕਿਹਾ ਸੀ ਕਿ ਸਾਨੂੰ ਗੈਸ ਤੇ ਜਾਂ ਸੋਲਰ ਅੱਜ ਸੋਲਰ ਦੀ ਬਿਜਲੀ 1.99% ਹੈ ਉਹਦੀ ਬੀਟਿੰਗ ਜਿਹੜੀ ਹੋ ਰਹੀ ਹੈ ਸਾਨੂੰ ਕੋਲੇ ਵਾਲੀ ਬਿਜਲੀ ਤੋਂ ਨਿਕਲਣਾ ਪੈਣਾ ਹੈ ਔਰ ਜਿੰਨੀ ਸਸਤੀ ਬਿਜਲੀ ਹੋਊਗੀ ਓਨੀ ਤਰੱਕੀ ਪੰਜਾਬ ਕਰੂਗਾ ਪਰ ਅੱਜ ਸਾਡੀ ਔਕਾਤ ਨਹੀਂ ਹੈ 14 ਕੋ ਇੱਕ ਪੰਜਾਬੀ ਦਾ ਮੁਹਾਵਰਾ ਹੈ ਕਿ ਬੱਕਰੇ ਦੀ ਜਾਨ ਗਈ ਤੇ ਖਾਣ ਵਾਲੇ ਨੂੰ ਸੁਆਦ ਨਹੀਂ ਆਇਆ ਅੱਜ 14000 ਕਰੋੜ ਦੇ ਕੇ ਵੀ ਸਬਸ ਫਰੀ ਬਿਜਲੀ ਜਿੰਨੀ ਪੀਐਸਪੀਸੀਐਲ ਦੀ ਟੋਟਲ ਰੈਵਨਿਊ ਹੈ 40% ਫਰੀ ਹੈ ਔਰ 40% ਸਰਕਾਰ ਦੇ ਰਹੀ ਹੈ ਇਹਦਾ ਕੋਈ ਨਾ ਕੋਈ ਹੱਲ ਜਿਹੜਾ ਹੈ ਇਹ ਲੱਭੜ ਦੀ ਲੋੜ ਹੈ ਪਰ ਮੀਡੀਅਮ ਟਰਮ ਲੰਬਾਂਗੇ ਬਾਕੀ ਕੀ ਆ ਧੰਨਵਾਦ ਜੁੜਨ ਲਈ ਸੋ ਇਸਰ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਔਰ ਖਾਸ ਤੌਰ ਤੇ ਚਰਚਾ ਜਿਹੜੀ ਹੈ ਬਿਜਲੀ ਨੂੰ ਲੈ ਕੇ ਵੀ ਹੋਈ ਔਰ ਉਹਨਾਂ ਦਾ ਕਹਿਣਾ ਕਿ ਜਿੰਨੇ ਹੱਲ ਹੋ ਸਕਦੇ ਨੇ ਪੌਸਿਬਿਲਟੀ ਜਿਹੜੀ ਹੈ ਲੱਭੀ ਜਾਏਗੀ ਫਿਲਹਾਲ ਦੇ ਉਚਾਸਤ ਦੇਖਦੇ ਰੋ ਲਿਵਿੰਗ ਇੰਟਰਵਿਊਸ ਪੰਜਾਬ